ਮਿੱਤਰੋ ਸਵੇਰੇ ਸਵੇਰੇ ਆਗਾਜ਼ ਹੋਇਆ ਯਾਰਾਂ ਦਾ ਚਾਹ ਦੇ ਨਾਲ। ਹਾਂਜੀ ਸਲਾਮ ਵਾਲੇਕਮ ਮਿੱਤਰੋ, ਕੀ ਹਾਲ ਚਾਲ ਹੈ ਜੀ? ਸ਼ੁਰੂ ਕਰਦੇ ਅੱਜ ਦਾ ਆਪਣਾ ਮਿੱਠਾ ਵਲੋਗ। ਮਿੱਤਰੋ ਯਾਰ ਵੀ ਪਹੁੰਚੇ ਚੌਂਕ ਦੇ ਵਿੱਚ, ਕੁਛ ਇੱਦਾਂ ਦੇ ਸੀ ਨਜ਼ਾਰੇ, ਨਾਲ ਹੀ ਪਹੁੰਚੇ ਆਪਾਂ ਹਬੀਬ ਦੀ ਦੁਕਾਨ 'ਤੇ। ਕਿਆ ਹੀ ਬਾਤਾਂ, ਨਾਲ ਹੀ ਮਿੱਤਰੋ ਯਾਰ ਵਾਲ ਦਾ ਹੋ ਗਿਆ ਡੇਰੇ ਦਾ ਟਾਈਮ ਜੀ। ਯਾਰ ਵੀ ਪਹੁੰਚੇ ਫੈਸਲ ਗੁੱਜਰ ਦੇ ਡੇਰੇ, ਉੱਥੇ ਦੇਖੀ ਹਲਕਵਾ ਸਾਹਿਬ ਖੜ੍ਹੇ। ਮਿੱਤਰੋ ਨਾਲ ਹੀ ਤੁਹਾਨੂੰ ਦਿਖਾਈਏ ਹੈ ਵੀ ਗਰਮੀਆਂ ਦੀ ਇੱਕ ਸੁਗਾਤ, ਸਾਡੇ ਪਿੰਡ ਨੂੰ ਬੜਾ ਬੇਸਬਰੀ ਨਾਲ ਇੰਤਜ਼ਾਰ ਹੈ ਇਸ ਚੀਜ਼ ਦਾ। ਨਾਲ ਹੀ ਯਾਰ ਨੂੰ ਤੁਰ ਪਏ ਡੇਰੇ ਨੂੰ, ਕਿਆ ਪਤਾ ਜੀ ਦੇਖੀਏ ਇੱਧਰ ਉੱਧਰ, ਕਿਆ ਹੀ ਸੋਹਣੇ ਨਜ਼ਾਰੇ ਸੀ, ਕਿਆ ਬਾਤ। ਮਿੱਤਰੋ ਜੀ ਤੁਹਾਨੂੰ ਦਿਖਾਈਏ, ਅੱਜ ਕੱਲ੍ਹ ਹਰ ਪਾਸੇ ਜਿੱਦਣ ਨੂੰ ਤੁਸੀਂ ਦੇਖ ਲਓ ਕਣਕਾਂ ਦੀ ਲੱਗੀ ਹੋਈ ਆ ਵਢਾਈ, ਕਿਆ ਬਾਤ ਆ ਜੀ। ਨਾਲ ਹੀ ਦੇਖੀਏ ਇੱਧਰ ਨੂੰ ਮਾਰੀਏ ਕੈਮਰਾ, ਯਾਰ ਵੀ ਪਹੁੰਚੇ ਥੋੜ੍ਹੀ ਦੇਰ ਬਾਅਦ ਡੇਰੇ, ਕਿਆ ਬਾਤ ਆ ਜੀ ਮਾਸ਼ਾਅੱਲਾ ਕੁਛ। ਨਾਲ ਹੀ ਯਾਰ ਵੀ ਪਹੁੰਚੇ ਆਪਣੀਆਂ ਫਸਲਾਂ ਦੇ ਵਿੱਚ, ਕੁਛ ਸੀਗੇ ਇੱਦਾਂ ਦੇ ਨਜ਼ਾਰੇ ਤੁਹਾਨੂੰ ਦਿਖਾਈਏ। ਮਿੱਤਰੋ ਆਪਾਂ ਪਿਛਲੇ ਵਲੋਗ ਵਿੱਚ ਜਿਹੜੀ ਤੁਹਾਨੂੰ ਦਿਖਾਈ ਸੀ ਮੱਕੀ ਕੱਢਦੇ ਹਾਂ, ਉਹ ਵੀ ਮਾਸ਼ਾਅੱਲਾ ਐਡੀ ਐਡੀ ਮਾਸ਼ਾਅੱਲਾ, ਕਿਆ ਬਾਤ ਆ ਜੀ, ਕਿਆ ਇਸ। ਮੱਕੀ ਤੋਂ ਬਾਅਦ ਪਹੁੰਚੇ ਜੀ ਆਪਾਂ ਆਪਣੇ ਲੱਗੀ ਅੱਜ ਕਰੇਨ ਜੀ, ਇੱਧਰ ਨੂੰ ਦੇਖੀਏ ਟਰੈਕਟਰ ਆਵੇ ਜੀ, ਨਾਲ ਹੀ ਇੱਧਰ ਨੂੰ ਦੇਖੀਏ ਕਰੇਨ ਵਾਲਾ ਵੀ ਲੱਗਿਆ ਹੋਇਆ ਆਪਣਾ ਰਾਹ ਬਣਾ। ਨਾਲ ਹੀ ਮਿੱਤਰੋ ਯਾਰ ਵੀ ਪਹੁੰਚੇ ਡੇਰੇ ਜੀ, ਡੇਰੇ ਆ ਕੇ ਨਾਨ ਦਾ ਕੀਤਾ ਆਪਰੇਸ਼ਨ ਜੀ, ਕਿਆ ਬਾਤਾਂ। ਯੰਗਸਟਾਰ ਮੁੰਡਿਆਂ ਨਾਲ ਬਹਿ ਕੇ ਖਾਣ ਦਾ ਸਵਾਦ ਸਾਰਾ ਹੀ ਆ ਗਿਆ, ਨਾਲ ਹੀ ਯਾਰਾਂ ਨੇ ਵੀ ਚੱਕੀ ਚਾਹ ਦੀ ਪਹਿਲੀ, ਸਵਾਦ ਸਾਰਾ ਹੀ ਆ ਗਿਆ ਸੀ, ਕਿਆ। ਮਿੱਤਰੋ ਤੁਹਾਨੂੰ ਦਿਖਾਈਏ ਜੀ ਅੱਜ ਆਪਣੇ ਏਰੀਏ ਦੇ ਵਿੱਚ ਫਿਰਨ ਲੱਗ ਗਿਆ ਤ੍ਰੈਸ਼ਰੋ, ਤੁਹਾਨੂੰ ਪਤਾ ਕਿ ਜਿਵੇਂ ਕਣਕਾਂ ਦਾ ਸੀਜ਼ਨ ਆ ਗਿਆ, ਇੱਧਰ ਉੱਧਰ ਤੁਸੀਂ ਦੇਖੋਗੇ ਤੁਹਾਨੂੰ ਇਹੀ ਚੀਜ਼ਾਂ ਨਜ਼ਰ ਆਉਣਗੀਆਂ। ਨਾਲ ਹੀ ਦਿਖਾਈਏ ਤੁਹਾਨੂੰ ਅੱਗੇ ਆਮ ਨੇ ਵੱਢੀ ਹੋਈ ਫਸਲਾਂ, ਨਾਲ ਹੀ ਦੇਖੀਏ ਜੀ ਚੱਜ ਪਾਕਰ 'ਤੇ ਲੱਗੀ ਹੋਈ ਸੀ ਅੱਜ ਜੀ ਮਸ਼ੀਨ, ਕਿਆ ਬਾਤਾਂ ਮਾਰ। ਬਿਨਾਂ ਤਫੀਲ ਯਾਰ ਉਹ ਵੀ ਪਹੁੰਚੇ ਪਿੰਡ ਜੀ, ਤੁਹਾਨੂੰ ਦਿਖਾਈਏ ਅੱਜ ਚਾਚੂ ਨਾਸਰ ਦੀ ਵੀ ਪੈਣੀ ਸੀ ਭਰਤੀ 'ਤੇ ਆ ਗਈਆਂ, ਪੈ ਰਹੀਆਂ ਸੀ ਟਰਾਲੀਆਂ, ਨਾਲ ਹੀ ਦੇਖੀਏ ਰੂਸੀ ਲੱਗਿਆ ਹੋਇਆ ਜੀ ਮਿੱਟੀ ਪਦਰਨ ਕਰਨ ਵੀ, ਕਿਆ ਸੋਹਣੇ ਨਜ਼ਾਰੇ। ਯਾਰ ਉਹ ਵੀ ਆਏ ਬੈਠਕ ਵਿੱਚ, ਦੇਖੀਏ ਜੀ ਅੱਗੇ ਆਏ ਸੀ ਮਹਿਮਾਨ, ਇਹਨਾਂ ਨੇ ਵੀ ਖਾਣਾ ਦਿੱਤਾ, ਨਾਲ ਹੀ ਲਿਆ ਯਾਰਾਂ ਨੇ ਵੀ ਇਹਨਾਂ ਦਾ ਇੱਕ ਮਿੱਠਾ ਜਿਹਾ ਕਲਿੱਪ। ਕਲਿੱਪ ਲੈਣ ਤੋਂ ਬਾਅਦ ਥੋੜ੍ਹੀ ਦੇਰ ਬਾਅਦ ਯਾਰ ਉਹ ਵੀ ਨਹਾ ਕੇ ਆਏ ਜੀ, ਨਾਲ ਹੀ ਆ ਗਈ ਚਾਹ ਜੀ, ਯਾਰਾਂ ਨੇ ਵੀ ਲਾਇਆ ਘੁੱਟ, ਮੈਂ ਕਹਿੰਦਾ ਸਵਾਦ ਸਾਰਾ ਹੀ ਆ ਗਿਆ ਸੀ, ਤੁਸੀਂ ਕਰ ਦਿਓ ਲਾਈਕ। ਥੋੜ੍ਹੀ ਕੁ ਦੇਰ ਬਾਅਦ ਯਾਰ ਉਹ ਵੀ ਪਹੁੰਚੇ ਚੌਂਕ ਦੇ ਵਿੱਚ ਹਬੀਬ ਦੀ ਦੁਕਾਨ 'ਤੇ, ਇੱਥੋਂ ਲੈਣਾ ਸੀ ਸਮਾਨ। ਦੇਖੀਏ ਫੈਸਲ ਗੁੱਜਰ ਅਤੇ ਸ਼ਾਨੀ ਗੁੱਜਰ ਬੈਠੇ ਚੌਂਕ ਵਿੱਚ, ਕਿਆ ਹੀ ਸੋਹਣੇ। ਮਤਲਬ ਤੁਹਾਨੂੰ ਪਤਾ ਬਾਬਿਆਂ ਦਾ ਕਲਿੱਪ ਨਾਲ ਹੀ ਹੈ ਸਾਡਾ ਵਲੋਗ ਵਧਿਆ ਹੀ, ਹੁਣ ਤਾਂ ਤੁਹਾਨੂੰ ਦਿਖਾਈਏ ਅੱਜ ਤੋਂ ਉਹਦਾ ਸੂਟ ਬੜੇ ਦਿਨਾਂ ਬਾਅਦ ਦਿਖਾ ਲਓ। ਬਾਕੀ ਮਿੱਤਰੋ ਆਪਣਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਟਿਕਟੋਕ ਦੀ ਬਾਇਓ ਦੇ ਵਿੱਚ ਲਿੰਕ ਲੱਗਿਆ ਹੋਇਆ। ਬਾਕੀ ਇੱਥੇ ਹੀ ਕਰਦੇ ਵਲੋਗ ਦਾ ਐਂਡ, ਲਾਈਕ ਕਰ ਲਿਓ, ਫੋਲੋ ਕਰ ਲਿਓ। ਪਾਕਿਸਤਾਨ ਜ਼ਿੰਦਾਬਾਦ।